ਹੈਲੋ ਡੀਅਰ ਸਟੂਡੈਂਟਸ ਲਰਨਿੰਗ ਇਜ਼ ਫਨ ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਸਵਾਗਤ ਅਸੀਂ ਇਸ ਵੀਡੀਓ ਦੇ ਵਿੱਚ ਸਮਾਜਿਕ ਸਿੱਖਿਆ ਦੇ 6ਵੀਂ ਜਮਾਤ ਦੇ ਪਾਠ 10 ਹੜੱppa ਸਭਿਅਤਾ ਤੇ ਵਨ ਵਰਡ ਵਾਲੇ ਕੁਐਸਚਨ ਆਨਸਰਸ ਕਰਾਂਗੇ ਸੋ ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਦੇ ਨਾਲ ਭਾਰਤ ਦੀ ਸਭ ਤੋਂ ਪੁਰਾਣੀ ਸਭਿਅਤਾ ਜਿਹੜੀ ਸਿੰਧ ਨਦੀ ਦੇ ਕੰਢੇ ਉੱਤੇ ਵਿਕਸਿਤ ਹੋਈ ਉਸ ਨੂੰ ਕੀ ਕਿਹਾ ਜਾਂਦਾ ਹੈ ਭਾਰਤ ਦੀ ਜਿਹੜੀ ਸਭ ਤੋਂ ਪੁਰਾਣੀ ਸਭਿਅਤਾ ਜਿਹੜੀ ਸਿੰਧ ਨਦੀ ਦੇ ਕੰਢੇ ਤੇ ਵਿਕਸਿਤ ਹੋਈ ਉਸ ਨੂੰ ਸਿੰਧ ਘਾਟੀ ਦੀ ਸਭਿਅਤਾ ਕਿਹਾ ਜਾਂਦਾ ਹੈ। ਸੋ ਪ੍ਰਸ਼ਨ ਨੰਬਰ 2 ਸਿੰਧ ਘਾਟੀ ਸਭਿਅਤਾ ਦੇ ਲੋਕ ਕਿਸ ਦੇਵੀ ਦੀ ਪੂਜਾ ਕਰਦੇ ਸਨ? ਸਿੰਧ ਘਾਟੀ ਸਭਿਅਤਾ ਦੇ ਲੋਕ ਮਾਤਾ ਦੇਵੀ ਦੀ ਮਾਤਾ ਦੇਵੀ ਦੀ ਪੂਜਾ ਕਰਦੇ ਸਨ। ਪ੍ਰਸ਼ਨ ਨੰਬਰ 3 ਹੜੱਪਾ ਸਭਿਅਤਾ ਦੇ ਮਕਾਨ ਕਿਸ ਚੀਜ਼ ਦੇ ਬਣੇ ਹੋਏ ਸਨ? ਹੜੱਪਾ ਸਭਿਅਤਾ ਦੇ ਮਕਾਨ ਪੱਕੀਆਂ ਇਟਾਂ ਅਤੇ ਲੱਕੜੀ ਦੇ ਬਣੇ ਹੋਏ ਸਨ। ਸੈਕਸ਼ਨ ਨੰਬਰ 4 ਹੜੱਪਾ ਸਭਿਅਤਾ ਨਾਲ ਸੰਬੰਧਿਤ ਇਸ਼ਨਾਨ ਘਰ ਕਿਸ ਜਗ੍ਹਾ ਤੋਂ ਖੁਦਾਈ ਦੌਰਾਨ ਪ੍ਰਾਪਤ ਹੋਇਆ ਹੈ। ਹੜੱਪਾ ਸਭਿਅਤਾ ਨਾਲ ਸੰਬੰਧਿਤ ਇਸ਼ਨਾਨ ਘਰ ਮੋਹਨਜੋਦੜੋ ਮੋਹਨ ਮਹਨਜੋਦੜੋ ਜਿਹੜਾ ਸਥਾਨ ਹੈ ਉਸ ਜਗ੍ਹਾ ਤੋਂ ਪ੍ਰਾਪਤ ਹੋਇਆ ਹੈ। ਹੜੱਪਾ ਸਭਿਅਤਾ ਨਾਲ ਸੰਬੰਧਿਤ ਸਥਾਨ ਸੰਘੋਲ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਹਰਪਾ ਹਰਪਾ ਸਭਿਅਤਾ ਨਾਲ ਸੰਬੰਧਿਤ ਸਥਾਨ ਜਿਹੜਾ ਸੰਘੋਲ ਹੈ ਉਹ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਸੋ ਪ੍ਰਸ਼ਨ ਨੰਬਰ 6 ਹਰੱਪਾ ਸਭਿਅਤਾ ਮਿਸਰ ਦੀ ਸਭਿਅਤਾ ਨਾਲੋਂ ਲਗਭਗ ਕਿੰਨੀ ਗੁਣਾ ਵੱਡੀ ਸੀ ਹਰੱਪਾ ਸਭਿਅਤਾ ਜਿਹੜੀ ਆ ਮਿਸਰ ਦੀ ਸਭਿਅਤਾ ਨਾਲੋਂ ਲਗਭਗ 20 ਗੁਣਾ ਵੱਡੀ ਸੀ ਪ੍ਰਸ਼ਨ ਨੰਬਰ 7 ਸਿੰਧ ਘਾਟੀ ਦੀ ਸਭਿਅਤਾ ਦਾ ਪਤਨ ਕਦੋਂ ਹੋਇਆ ਸਿੰਧ ਘਾਟੀ ਦੀ ਸਭਿਅਤਾ ਦਾ ਪਤਨ 1500 ਈਸਵੀ ਪੂਰਵ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਸਿੰਧੂ ਘਾਟੀ ਦੀ ਸਭਿਅਤਾ ਦਾ ਪਤਨ 1500 ਈਸਵੀ ਪੂਰਵ ਦੇ ਵਿੱਚ ਹੋਇਆ ਸਿੰਧ ਘਾਟੀ ਸਭਿਅਤਾ ਵਿੱਚ ਪਸ਼ੂਪਤੀ ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ ਸਿੰਧ ਘਾਟੀ ਦੀ ਸਭਿਅਤਾ ਵਿੱਚ ਪਸ਼ੂਪਤੀ ਭਗਵਾਨ ਭਗਵਾਨ ਸ਼ਿਵ ਨੂੰ ਕਿਹਾ ਜਾਂਦਾ ਹੈ ਭਗਵਾਨ ਸ਼ਿਵ ਨੂੰ ਪਸ਼ੂਪਤੀ ਭਗਵਾਨ ਕਿਹਾ ਜਾਂਦਾ ਸੀ ਸਿੰਧ ਘਾਟੀ ਦੀ ਸਭਿਅਤਾ ਦੇ ਵਿੱਚ ਸੋ ਇਸ ਦੇ ਨਾਲ ਹੀ ਤੁਹਾਡਾ ਜਿਹੜਾ ਪਾਠ ਨੰਬਰ 10 ਇਹਦੇ 1 ਵਰਡ ਵਾਲੇ ਕੁਐਸਚਨ ਆਨਸਰਸ ਕੰਪਲੀਟ ਹੁੰਦੇ ਹਨ ਸੋ ਫਿਰ ਦੁਬਾਰਾ ਮਿਲਾਂਗੇ ਇੱਕ ਨਵੇਂ ਪਾਠ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਪ੍ਰਸ਼ਨ ਆਨਸਰ ਲੈ ਕੇ ਸੋ ਤਦ ਤੱਕ ਦੇ ਲਈ ਧੰਨਵਾਦ